सालो, यहाँ पे फेमस लोगों को सपोर्ट करते हो। अस्सलाम वालेकुम दोस्तों, क्या हाल चाल है? उम्मीद है सब ठीक ठाक होंगे। आज का व्लॉग कर दिया शुरू। जो आया आज डायग किसी का दस रहा भैया नाश्ता कर लिया, और नाश्ता करके ते जा रहे हैं एक काम, सेब ले आने ने, ते सेब ले आके ते फिर मिल रहे हैं तानू। ਇੱਥੇ ਅਸੀਂ ਬੈਠੇ ਉਸਤਾਦ ਅਤੇ ਮੈਂ ਚਾਹ ਪੀਣ ਵਾਸਤੇ, ਨਾਲ ਗੱਪਾਂ ਛੱਪਾਂ ਮਾਰੀਆਂ, ਚਾਹ ਪੀਤੀ, ਚਾਹ ਪੀ ਕੇ ਅਤੇ ਫਿਰ ਤਿਆਰੀ ਕੀਤੀ ਅੱਗੇ ਨਿਕਲਣ ਦੀ। ਅਤੇ ਹੁਣ ਅਸੀਂ ਮੋਟਰਸਾਈਕਲ 'ਤੇ ਜਾ ਰਹੇ ਸਾਂ, ਰਸ਼ ਬੜਾ ਸੀ ਅਤੇ ਆਖਿਰ ਫਿਰ ਅਸੀਂ ਪਹੁੰਚ ਗਏ। ਕਿੰਨਾ ਸੇਬ ਲੈਣਾ ਸਾਹਿਬ? 70 ਕਿਲੋ। 70 ਕਿਲੋ ਸੇਬ ਲੈਣਾ ਹੈ ਰਸ਼ੀਅਨ ਸੈਲਡ ਵਾਸਤੇ। यहाँ पे फेमस लोगों को सपोर्ट करते हो, करोड़पतियों को सपोर्ट करते हो, ऑलरेडी जिनके अपने पास घर और गाड़ियां हैं उनको सपोर्ट करते हो, इस गरीब के बच्चे को भी सपोर्ट करो। अगर तुम इस गरीब को सपोर्ट नहीं कर सकते तो तुम बेगार हो। ਗੰਢ ਮਾਰ ਦੇ ਉਹਨੂੰ ਮੈਂ ਪਾ ਲੈ। 70 ਕਿਲੋ ਸੇਬ ਹੋ ਗਿਆ, 70 ਕਿਲੋ ਸੇਬ ਲੈ ਕੇ ਚੱਲਿਆ ਸੀ ਹਾਲ ਤੇ, ਤੇ ਹਾਲ ਤੇ ਜਾ ਕੇ ਮਿਲਦੇ ਆ ਫਿਰ। ਇਹ ਇੱਥੇ ਹੈਗੀ ਹੈ ਮਕਰੋਨੀ, ਇੱਥੇ ਕੱਟਿਆ ਜਾ ਰਿਹਾ ਸੇਬ, ਇੱਥੇ ਖੜਾ ਹੈ ਪੁਸ਼ਪਾ, ਪੁਰਾਣਾ ਪੁਸ਼ਪਾ, ਹੈ ਚਾਚਾ ਬੈਠਾ ਤੇ ਤੈਨੂੰ ਨਾਲ ਦੇ ਨਾਲ ਦੱਸੀ ਰੱਖਾਂਗੇ ਰਸ਼ੀਅਨ ਸੈਲਡ ਕਿਵੇਂ ਬਣਦੀ ਹੈ। ਤੈਨੂੰ ਖਾਣਾ ਆ ਗਿਆ ਤੇ ਖਾਣਾ ਮੁੰਡੇ ਚੁੱਕ ਰਹੇ ਨੇ, ਖਾਣਾ ਉਤਾਰੇਂਗੇ ਫਿਰ ਉਸਕੇ ਬਾਅਦ ਖਾਣਾ। ਚੱਕ ਲੋ ਚੱਕ ਲੋ ਬਾਂਡੇ ਚੱਕ ਲੋ, ਅਸਲਾਮ ਅਲੈਕੁਮ,